हुई है। इन्ने वेले है ना लोकी उदा जिन्ने इतने आए ना स्वाद लैन आए आ, एक मिनट नहीं हो लाइव किते नू 17-18 हज़ार जने आ गए देखण, इन्ने वेले सीगे टाइम दे उत्ते फोन दे उत्ते बैठे सी मतलब देखण नू। सत्तर के हो गए बीबी दे, थैंक यू। आजे आजे आजे, तेरी चढ़ाई बहुत आ। जिन्हें बकवास करनी करी जाओ, मैनू कोई फर्क नहीं पैंदा किसी दे बोलन नाल, सही है। अपना मूंह गंदा करदे पए आ तुसी लोग, अपना क्यों खून साड़दे पए आ है। मैं तुहानू कुछ कहनी आ, दसो तुसीं एवें, मैनू लगदा रोटी पानी किसे ने नहीं खाधा होना, 3-4 दिन हो गया इत्थे साड़ घोली जाने आ, दिल च गाला कढ़ी जाने आ, उहनू कढ़ी जाने आ, फोन ला ला दस दिन लोकां नू, इदां हो गया उदां हो गया, क्यों तुहाडा ढिड्ड च नहीं आ लगा किसे नू पुछे। ते जिहड़ी आ गल करदे पए ना ढिल्लो वाली, सही है, इहदा तां मैं मूंह रंग के इदां दा पन्नू की ना सवार के मैनू रूड़ी दसदा, आप दी देखी इहने। हाँ सारे नू कहिंदा फिरदा सीगा कि हाँ मेरी तां उहनां लड़ाई हो गई आ, मेरा केस चलदा, मैं तां रखणी नहीं। उदों तां महीना जलील कीता सीगा इह, हाँ यारां दोस्तां नू घरे सवांदा, इह हुक्के पींदा, जे अज उहदे पुराने पी लिया तां इहनू की अग लग गई दस्से भला, है ਇਹ ਜ਼ਿਆਦਾ ਅਸੂਲਾਂ ਦਾ ਪੱਕਾ ਆ ਨਾ। ਇਹੀ ਕਹਿੰਦਾ ਸੀ ਨਾ, ਹਾਂ ਜਿਹੜਾ ਇੱਕ ਵਾਰੀ ਦਿਲ ਤੋਂ ਲੈ ਜੇ ਮੁੜ ਕੇ ਲਾਈਦਾ ਨਹੀਂ, ਉਹਨੂੰ ਤਾਂ ਨਾਲ ਚ ਪਕਾਈ ਫਿਰਦਾ ਤੂੰ। ਆਹ ਤੇਰੀ ਥੋੜ੍ਹੇ ਦਿਨ ਪਹਿਲਾਂ ਦੀ ਵੀਡੀਓ ਆ ਜਿਹੜੀ ਤੂੰ ਉਹਨਾਂ ਪਾਈ ਆ ਚਿੰਬੜ ਕੇ, ਹਲੇ ਵੀ ਪਿਆਰ ਕਰਦੀ ਆ ਮੈਨੂੰ, ਹੈ ਤੂੰ ਹੀ ਬੋਲਣ ਡਿਆ ਆ, ਉਹ ਪਹਿਲਾਂ ਦੀ ਤਾਂ ਨਹੀਂ ਹੈਗੀ ਹੁਣ ਦੀ ਆ। ਉਹ ਜਿਹਨੇ ਜੋ ਕਹਿਣਾ ਕਹੀ ਜਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ, ਸਹੀ ਆ। ਜਿਹਨੇ ਜੋ ਬਕਵਾਸ ਕਰਨੀ ਕਰੀ ਜਾਓ। ਪਹਿਲੀ ਗੱਲ ਤਾਂ ਮੈਂ ਕੋਈ ਕਿਸੇ ਭਰਾਵਾਂ 'ਚ ਪੁਆੜ ਨਹੀਂ ਪਾਇਆ, ਸਹੀ ਆ। ਮੈਨਸ਼ਨ ਮੈਨੂੰ ਪਹਿਲਾਂ ਦਾ ਕੀਤਾ ਸੀਗਾ ਮਹਾਂਵੀਰ ਨੇ, ਸਹੀ ਆ, ਸਾਰਿਆਂ ਨੂੰ ਪਤਾ ਆ। ਔਰ ਫੋਲੋ ਵੀ ਉਹਨੇ ਪਹਿਲਾਂ ਦਾ ਕੀਤਾ ਸੀਗਾ, ਇਹ ਜਿੱਦਣ ਮਹਾਂਵੀਰ ਨੇ ਮੇਰੀ ਪੋਸਟ ਪਾਈ ਸੀਗੀ, ਸਹੀ ਆ, ਉੱਦਣ ਇਹਦੇ ਭਰਾ ਨੇ ਇਹਨੂੰ ਬਲੌਕ ਕੀਤਾ, ਢਿੱਲੋਂ ਨੇ ਖੁਦ ਬਲੌਕ ਕੀਤਾ, ਇਹ ਫੋਲੋਇੰਗ 'ਚੋਂ ਤਾਂ ਉੱਡਿਆ, ਸਹੀ ਆ। ਲੋਕਾਂ ਨੇ ਗੱਲ ਬਣਾਤੀ ਤੇਰੇ ਕਰਕੇ ਇਹਨੇ ਇਹ ਕੀਤਾ ਉਹ ਕੀਤਾ, ਸਹੀ ਆ, ਮੇਰੇ ਕਰਕੇ ਕੁਛ ਨਹੀਂ ਹੋਇਆ। ਬਾਕੀ ਇਹਨੂੰ ਮੇਰੇ 'ਚ ਜ਼ਿਆਦਾ ਲੜਦੀ ਨਾ ਲੜੀ ਜਾਣ 'ਤੇ। ਆਪਣਾ ਇਹਨੇ ਮੂੰਹ ਕਦੀ ਦੇਖਿਆ ਚਪੜਾਸੀ ਨੇ ਮੇਰੇ ਸਾਹਮਣੇ ਤਾਂ ਆਵੇ, ਇਹਦੇ ਯਾਰ ਕਿਤੇ ਮਾਰ ਮਾਰ ਚਪੇੜਾ ਨਾ ਮੂੰਹ ਦੇ ਉੱਤੇ, ਇਹਦੇ ਤਾਂ ਮੂੰਹ ਸ਼ਕਲ ਇੱਕੋ ਜਿਹੀ ਕਰ ਦੇਵਾਂ ਇਹਦੀ, ਬਾਂਦਰ ਦੀ। ਤੁਸੀਂ ਲੋਕ ਪਤਾ ਨਹੀਂ ਇਹ ਤੋਂ ਕੀ ਲੈਂਦੇ ਆ, ਇਹ ਆ ਜੋ ਆ ਢਿੱਲੋ ਐ ਢਿੱਲੋ, ਮੈਨੂੰ ਤਾਂ ਕੁਛ ਲੱਗਾ ਨਹੀਂ ਇਹ 'ਚ ਖਾਸ, ਕੀ ਆ ਇਹ ਬਾਂਦਰ ਮੂੰਹ ਵਾਲਾ ਟੱਕਰੇ ਦਾ। ਸਹੀ, ਇਹਨੂੰ ਪੁੱਛੋ, ਇਹਨੂੰ ਇਹਨੂੰ ਰੰਡੇ ਨੂੰ, ਇਹਨੂੰ ਦੱਲੇ ਨੂੰ ਪੁੱਛੋ, ਜਿਹੜੀ ਤੇਰੀ ਗੱਡੀ 'ਤੇ ਜਿਹੜੇ ਸਪੋਲੀਏ ਬਣਾ ਗਏ ਸੀ ਨਾ ਗੁੱਚੀ ਵਾਲੇ ਸੱਪ ਇੰਡੈਵਰ 'ਤੇ 10 ਦਿਨ ਪਹਿਲਾਂ, ਸਹੀ ਆ, ਉਹ ਤੇਰੀ ਉੱਥੋਂ ਜੋ ਚੰਡੀਗੜ੍ਹੋਂ ਗੱਡੀ ਮੈਂ ਹੀ ਛੱਡ ਕੇ ਆਈ ਸੀ ਅੰਮ੍ਰਿਤਸਰ, ਸਹੀ ਆ, ਤੂੰ ਜ਼ਿਆਦਾ ਬਣਿਆ ਫਿਰਦਾ ਹੈ ਨਾ। ਉਹ ਤਾਂ ਤੂੰ ਸਟੋਰੀ ਪਾਈ ਨਹੀਂ ਸੀ, ਕਿਉਂ ਉਹ ਤਾਂ ਉਹ ਤੂੰ ਉਹਨਾਂ ਤਾਂ ਕੁਛ ਕਹਿ ਨਹੀਂ ਹੋਇਆ, ਜਿਹੜੇ ਤਾਂ ਤੇਰੀ ਉਹ ਗੁੱਚੀ ਵਾਲਾ ਸੱਪ ਬਣਾ ਗਏ ਸੀ ਤੇਰੀ ਗੱਡੀ 'ਤੇ, ਉਹਦਾ ਤਾਂ ਬੋਲ ਨਹੀਂ ਹੋਇਆ ਤੇਰੇ ਤੋਂ। ਰਾਤ ਨੂੰ ਗੱਡੀ ਲੁਕੋ ਕੇ ਲੈ ਕੇ ਆਇਆ ਸੀ, ਦਿਨੇ ਗੱਡੀ ਨਾ ਲੈ ਕੇ ਜਾਇਓ, ਰਾਤ ਨੂੰ ਲੈ ਕੇ ਜਾਇਓ, ਲੋਕੀ ਦੇਖਣਗੇ ਵੀਡੀਓ ਬਣਾਉਣਗੇ, ਉਹ ਤੇਰੀ ਗੱਡੀ ਮੈਂ ਹੀ ਛੱਡ ਕੇ ਆਈ ਸੀ, ਕੁੱਤਿਆ ਬਕਵਾਸ ਕਰਦਾ ਭੌਂਕਦਾ। ਜਨਾਨੀ ਇਹਦੀ ਨੇ ਕੇਸ ਲਾਇਆ, 80 ਲੱਖ ਰੁਪਈਆ ਮੰਗਦੀ ਆ, ਹੁਣ ਇਹਨੂੰ ਦੇਣ 80 ਲੱਖ ਦੇਣ ਦੀ ਕਾਤ ਤਾਂ ਹੈ ਨੀ ਕੁੱਤੇ ਦੇ ਮੂੰਹ ਵਾਲੇ ਤੋਂ ਨਾ, ਚਪੜਾਸੀ ਕੋਲੋਂ, ਪਿੱਟ ਬੁੱਲ ਕੋਲੋਂ, ਹਨਾ। ਤੇ ਹੁਣ ਉਹਨੂੰ ਜਫੀਆਂ ਪਾਉਂਦਾ ਫਿਰਦਾ ਲੱਲੇ ਪੋਚੇ। ਤੇਰੀਆਂ ਸਾਰੀਆਂ ਕਰਤੂਤਾਂ ਮੈਂ ਜਾਣਦੀ ਚੰਗੀ ਤਰ੍ਹਾਂ, ਤੇਰਾ ਭਰਾ ਹੀ ਦੱਸਦਾ ਸਹੀ ਆ, ਜਿਹੜੀਆਂ ਤੂੰ ਰੰਗ ਬਿਰੰਗੀਆਂ ਘਰੇ ਲੈ ਕੇ ਆਉਂਦਾ ਹਨਾ, ਪੈਂਟਾਂ ਪਾ ਬੜੀ ਫੋਟੋ ਸ਼ੂਟ ਕਰਾਉਂਦਾ ਦਾਦੀ ਨੂੰ ਬਿਠਾ ਬਿਠਾ ਮੰਜੇ ਤੇ, ਸਾਰੀਆਂ ਫੋਟੋਆਂ ਤੇਰੀਆਂ ਮੇਰੇ ਤੋਂ ਪਈਆਂ ਆ, ਸਹੀ ਆ। ਆਪਣੀਆਂ ਤਾਂ ਸਾਂਭੀਆਂ ਨਹੀਂ ਜਾਂਦੀਆਂ, 5-5, 6-6 ਲਈ ਫਿਰਦਾ ਤੂੰ। ਜਾ ਕੇ ਨਾ ਆਪਣੀਆਂ ਸਾਂਭ, ਸਹੀ ਆ, ਜੇ ਉਹਨੇ ਗੱਲ ਕਰ ਲਈ ਤਾਂ ਤੈਨੂੰ ਕੀੜੇ ਪੈ ਗਏ ਆ, ਜਿਹੜਾ ਤੂੰ ਬਣਿਆ ਫਿਰਦਾ ਆ ਆਪਣੇ ਆਪ 'ਚ, ਹੈਗਾ ਕੀ ਆ ਚਮਗਾਦੜ ਜਿਹਾ। ਤੇ ਜਿਹੜੇ ਆ ਨਾਲ ਤੂੰ ਬਿਠਾਏ ਨਾ ਪਿੱਛੇ, ਜਿਹੜੇ ਆਪਣੇ ਬਿਠਾ ਕੇ ਰਾਤੀ ਲਾਈਵ ਤੇ ਲੱਗਾ ਸੀਗਾ, ਉਹ ਗਿੱਠ ਮੁਠੀਏ ਜੇ ਨਿੱਕੇ ਜੇ ਧਰਤੀ ਚੋਂ ਨਿਕਲੇ ਨੀ,
ਤਾਂ ਗੱਲਾਂ ਏਡੀਆਂ ਮਾਰਦੇ ਆ ਉਹਨੂੰ ਕੁਝ ਆ ਕੇ ਆਪਣਾ ਵਿਆਹ ਕਰਾ ਜਿਹੜਾ ਤੂੰ ਕਰਾਉਂਦੇ ਆ ਸਹੀ ਆ ਕਿੱਥੇ ਹੋਰ ਹੀ ਨਾ ਕੁਛ ਕਰਾ ਕੇ ਬਹਿ ਜਾਵੀ ਤੇਰੇ ਨਾਲ ਦੇ ਤੇਰਾ ਘਰ ਤੇਰੇ ਭਰਾਵਾਂ 'ਚ ਲੜਾਈ ਉਹ ਹੀ ਪਾਉਂਦੇ ਆ ਸਹੀ ਆ ਮੈਂ ਨਹੀਂ ਪਾਉਂਦੀ ਨਾ ਮੈਨੂੰ ਲੋੜ ਆ ਆਇਆ ਵੱਡਾ ਢਿੱਲੋ ਜਿੱਦਾਂ ਦਾ ਉਹਨੇ ਘਰੇ ਰੱਖਿਆ ਇਹਦੇ ਕੀ ਨਾਮ ਉਹਦਾ ਯਾਰ ਕੀ ਨਾਮ ਇਹਦੇ ਕੁੱਤੇ ਦਾ ਪੈਂਥਰ ਉਹ ਉਹੀ ਆ ਪੈਂਥਰ ਦੇ ਮੂੰਹ ਵਾਲਾ ਬਾਂਦਰ ਤੇਰਾ ਭਰਾ ਹੀ ਮੈਨੂੰ ਕਰਤੂਤਾਂ ਦੱਸਦਾ ਤੇਰੀਆਂ ਸਾਰੀਆਂ ਸਹੀ ਆ ਸਭ ਪਤਾ ਮੈਨੂੰ ਤੂੰ ਕਿੰਨਾ ਕੁ ਆਪਣੇ ਭਰਾ ਦਾ ਕਰਦਾ ਕਿੰਨਾ ਕੁ ਨਹੀਂ ਕਰਦਾ ਡਾਈਟਾਂ ਬਣਾ ਕੇ ਕਹਿੰਦਾ ਮੈਂ ਖਿਲਾਨਾ ਹੈ ਸਾਰੀ ਦਿਹਾੜੀ ਅੰਡੇ ਪਾਲਣ ਨੂੰ ਤਾਂ ਤੂੰ ਮਹਾਂਵੀਰ ਨੂੰ ਰੱਖਿਆ ਸੀਗਾ ਕਦੇ ਮਹਾਂਵੀਰ ਅੰਡੇ ਪਾਲ ਦੇ ਮਹਾਂਵੀਰ ਬ੍ਰੈਡਾਂ ਨੂੰ ਜੈਮ ਲਾ ਦੇ ਮਹਾਂਵੀਰ ਦੁੱਧ ਬਣਾ ਦੇ ਮਹਾਂਵੀਰ ਸ਼ੇਕ ਬਣਾ ਦੇ ਹੈਂ ਤੂੰ ਕਿਹੜੀਆਂ ਡਾਈਟਾਂ ਖਿਲਾਨਾ ਹੀ ਉਹਨੂੰ ਸਭ ਜਾਣਦੀ ਮੈਂ ਨੌਕਰ ਬਣਾ ਕੇ ਰੱਖਿਆ ਤੂੰ ਤੇਰਾ ਭਰਾ ਹੀ ਰੋਣੇ ਰੋਂਦਾ ਸੀ ਮੇਰੇ ਕੋਲ ਆ ਕੇ ਆਇਆ ਵੱਡਾ ਤੂੰ ਗੱਡੀਆਂ ਧੋਣ ਨੂੰ ਤੂੰ ਉਹਨੂੰ ਰੱਖਿਆ ਸੀਗਾ ਇੱਥੇ ਜਾਣਾ ਗੱਡੀ ਧੋਆ ਕੇ ਲੈ ਆਈ ਮਹਾਂਵੀਰ ਇੱਥੇ ਜਾਣਾ ਆ ਕੱਪੜੇ ਚੱਕ ਲਿਆ ਉੱਥੋਂ ਚੱਕ ਲਿਆ ਆਹ ਕਰ ਲਾ ਉਹ ਕਰ ਲਾ ਭਰਾ ਥੋੜ੍ਹੀ ਤੂੰ ਤਾਂ ਨੌਕਰ ਬਣਾਇਆ ਭਰਾ ਤਾਂ ਤੇਰੇ ਜਿਹੜੇ ਉਹ ਪਿੱਛੇ ਦੋ ਕੁੱਤੇ ਦੇ ਮੂੰਹ ਵਾਲੇ ਚਮਗਾਦੜ ਜਿਹੜੇ ਹੁੰਦੇ ਨਾ ਅੱਗ ਲਾ ਕੇ ਕੁੱਤਾ ਢੇਰ ਤੇ ਉਹ ਜਿਹੜੇ ਦੋ ਉਹ ਦੋਨੋਂ ਪਿੱਛੇ ਰਾਤੀ ਲਾਈਵ 'ਚ ਬੈਠੇ ਸੀਗੇ ਜਿਹਨੇ ਜੋ ਬੋਲਣੀ ਬਕਵਾਸ ਕਰੀ ਜਾਓ ਕੁੱਤੇ ਆ ਤੁਸੀਂ ਵਿਹਲੇ ਹੈਗੇ ਆ ਇੰਨੇ ਜਣੇ ਆਏ ਨਾ ਕਈ ਤਾਂ ਵਿੱਚ ਚਲੋ ਸਹੀ ਗਾਲਾਂ ਕੱਢੀ ਜਾਂਦੇ ਬਿਨਾਂ ਗਾਲ ਤੋਂ ਕੱਢੀ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਦੀ ਗਾਲਾਂ ਨਾਲ ਸਹੀ ਹੈ ਆਪਣਾ ਮੂੰਹ ਗੰਦਾ ਕਰਦੇ ਪਏ ਆ ਮੇਰੀ ਮਾਂ ਨੂੰ ਗਾਲਾਂ ਕੱਢਦੇ ਨਾ ਤੇਰੀ ਮਾਂ ਨੂੰ ਲੱਗਦੀਆਂ ਪਈਆਂ ਸਹੀ ਹੈ ਆਪਣੀ ਮਾਂ ਨੂੰ ਕੱਢ ਲਾ ਇੱਥੇ ਕਿਉਂ ਲਾਈਵ 'ਚ 30 ਰੁਪਏ ਆਪਣੇ ਨੈੱਟ ਪੈਕ ਖਰਾਬ ਕਰਨ ਆਇਆ ਘਰੇ ਤੇਰੀ ਮਾਂ ਬੈਠੀ ਆ ਨਾ ਉਹਨੂੰ ਗਾਲਾਂ ਕੱਢ ਲਾ ਜਾ ਕੇ ਸਹੀ ਹੈ ਇਹਦੇ ਢਿੱਲੋ ਨੇ ਮੇਰੀ ਫੋਟੋ ਪਾਈ ਨਾ ਮਿਰਚ ਬਣਾ ਕੇ ਮਿਰਚ ਤਾਂ ਇਹਦੇ ਲੜੀ ਆ ਸਹੀ ਆ ਵੀ ਅੱਗੇ ਉਹਦੇ ਸਾਰੇ ਕਹਿਣੇ ਮੰਨਦਾ ਸੀਗਾ ਨਾ ਅੱਗੇ ਦੀ ਗੱਡੀਆਂ ਸਾਫ਼ ਕਰਦਾ ਹੀ ਧੋਂਦਾ ਸੀਗਾ ਹੁਣ ਉਹਦੀ ਕੋਈ ਗੱਲ ਨਹੀਂ ਮੰਨਦਾ ਤਾਂ ਕਰਕੇ ਇਹਨੂੰ ਅੱਗ ਲੱਗਦੀ ਆ ਹੁਣ ਕਿਸੇ ਨੌਕਰ ਚਾਹੀਦਾ ਹੋਣਾ ਇਹਨੂੰ ਕੋਈ ਤੁਸੀਂ ਤੁਹਾਡੇ 'ਚੋਂ ਇੱਕ ਅੱਧਾ ਜਣਾ ਲੱਗ ਜਾਓ ਉਹਦਾ ਨੌਕਰ ਢਿੱਲੋ ਦਾ ਕੁੱਤੇ ਦੇ ਮੂੰਹ ਵਾਲਾ ਚਪੜਾਸੀ ਇਹਨਾਂ ਤਾਂ ਰਹਿਣਾ ਹੀ ਸਾਰੀ ਜ਼ਿੰਦਗੀ ਛੜੇ ਹੀ ਆ ਘਰ 'ਚ ਕੋਈ ਹੈਗੀ ਜਨਾਨੀ ਦੀਦੀ ਇਹਨਾਂ ਦੇ ਮੈਨੂੰ ਨਹੀਂ ਲੱਗਦਾ ਕੋਈ ਬਸੂਗੀ ਇਹਨਾਂ ਦੇ ਆ ਕੇ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਂ ਕਿਸੇ ਨੂੰ ਕਿਹਾ ਮੈਨੂੰ ਫੋਲੋ ਕਰੋ ਆ ਕੇ ਦੱਸ ਕੇ ਸੀਗੇ ਮੈਨੂੰ ਮੇਰੇ ਬਹੁਤ ਸੀਗੇ ਸਹੀ ਆ ਕਿਸੇ ਨੂੰ ਮੈਂ ਕਿਹਾ ਸੀਗਾ ਮੈਨੂੰ ਆ ਕੇ ਫੋਲੋ ਕਰੋ ਜਿਹੜੇ ਆ ਕਰਦੇ ਕਰੀ ਜਾਣ ਤਾਂ ਮੈਂ ਕਿਸੇ ਨੂੰ ਨਹੀਂ ਕਹਿੰਦੀ ਮੈਨੂੰ ਫੋਲੋ ਕਰੋ ਨਾ ਮੈਂ ਇੱਕ ਵੀ ਸਟੋਰੀ ਪਾਈ ਫੋਲੋ ਕਰੋ ਇਹ ਕਰੋ ਤੁਸੀਂ ਆਪ ਆ ਫੋਲੋ ਕਰਦੇ ਸਵਾਦ ਲੈਂਦੇ ਆ ਜਿਹੜਾ ਭੌਂਕਦਾ ਭੌਂਕੀ ਜਾਣ ਦੋ ਕੁੱਤੇ ਹੈਗੇ ਆ ਭੌਂਕਣਾ ਇਹਨਾਂ ਨੇ ਚਾਰ ਕੁ ਚੰਡੀਗੜ੍ਹ ਬੈਠੇ